外出ますね。だから愛人愛さんでから出すのもちょっぴり話でちょっぴり話でさり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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਯਾਦ ਰੱਖਿਓ, ਸਾਲ ਦੀ ਸ਼ੁਰੂਆਤ ਹੋਈ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਤੇ ਸਾਲ ਦਾ ਐਂਡ ਹੁੰਦਾ ਸਾਰੇ ਪਰਿਵਾਰ ਦੀ ਸ਼ਹੀਦੀ ਦੇ ਨਾਲ। ਇੱਕ ਵਾਰੀ ਕਹਿ ਦਿਓ ਸਤਨਾਮ, ਗੱਜ ਕੇ ਆਖੋ ਜੀ ਸਤਨਾਮ। ਆਓ ਛੋਟੀ ਜੀ ਕਵਿਤਾ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਜੋ ਕਿ ਪਿੱਛੇ ਹੀ ਸਾਰੇ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਕੇ ਹਟੇ ਹਾਂ, ਆ ਉਸ ਦੇ ਸੰਬੰਧ ਵਿੱਚ ਇੱਕ ਕਵਿਤਾ ਸਾਰੇ ਸਰਬਤ ਕਰੀ। ਬਾਹ ਪਰ ਗਤੀ ਮਰਦ ਸਾਰਾ ਪਰਿਵਾਰ ਹੀ ਸਾਡੇ ਸਾਡੇ ਦੇ ਸਤਿਗੁਰਾਂ ਨੇ ਵਾਰਿਆ, ਉਹਨਾਂ ਦੀ ਯਾਦ ਵਿੱਚ ਕਵਿਤਾ। ਜਦੋਂ ਕਿ ਸਾਹਿਬਜ਼ਾਦੇ ਕਹਿੰਦੇ ਰਹਿਣਾ ਮਾਤਾ ਗੁਜਰੀ ਜੀ ਨੂੰ ਕਿ ਜਾਂਦੀ ਵਾਰ ਹੁਣ ਸਾਡੇ ਤੋਂ ਕੰਮ ਦੀ ਅਲਾਦੇ ਹੋਣ ਸਾਨੂੰ ਮੁੜ ਕੇ ਦਿਓ। ਆਓ ਜੀ ਸਰਵਣ ਕਰੇ ਇੱਕ ਵਾਰ ਆਪਣੀ ਹਾਜ਼ਰੀ ਜ਼ਰੂਰ ਮਨਾਵੇ। ਬੜੀਆਂ ਖੁਸ਼ੀਆਂ ਮਨਾ ਲਈਆਂ ਸੀ, ਬੜੇ ਸਮੋਤ ਦੇ ਬੜੇ ਕੇਕੇ ਛਕਣੇ, ਬੜੇ ਲੰਗਰ ਛਕਦੇ ਪਿਆਰੇ। ਇੱਕ ਵਾਰ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ, ਛੋਟੇ ਛੋਟੇ ਬੱਚੇ। ਸਾਨੂੰ ਪਤਾ ਹੋਵੇ ਨਾ ਕਿ ਨਿੱਕਾ ਜਿਹਾ ਲਾਲ ਮੇਰਾ ਜਾ ਰਿਹਾ, ਮੁੜ ਕੇ ਨਹੀਂ ਆਉਣਾ, ਦੇਖੋ ਕੀ ਬੀਤੇਗੀ ਸਾਡੇ ਤੇ। ਇੱਕ ਵਾਰ ਸੋਚ ਕੇ ਵੇਖਿਓ, ਲੰਗਰ ਕੋਈ ਗੱਲ ਨੀ, ਲੰਗਰ ਫੇਰ ਸਕਦੇ। ਇੱਕ ਵਾਰ ਕਵਿਤਾ ਦੇ ਵਿੱਚ ਸਾਰੇ ਹੋ ਗਏ, ਅਸਾਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਸਾਨੂੰ ਜਾਮੀ ਤੂੰ ਜ਼ੋਰਾਵਰ, ਜੋ ਕਿ ਛੋਟਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ, ਸਭ ਤੋਂ ਛੋਟਾ ਤੇ ਫਤਿਹ ਸਿੰਘ, ਜ਼ੋਰਾਵਰ ਦੀ ਉਮਰ ਤੇ 9 ਸਾਲ ਦਾ ਪਿਆਰ, 9 ਸਾਲ ਤੇ ਛੋਟਾ ਤੇ ਉਦੋਂ ਵੀ ਨਿਆਣਾ ਹੈ।
ਸੋਚ ਕੇ ਵੇਖੋ ਕਿੱਦਾਂ ਕਹਿ ਰਹੇ ਨੇ, ਕਿੱਦਾਂ ਦਿਨ ਦੇ ਉੱਤੇ ਪੱਥਰ ਰੱਖਿਆ ਨੂੰ ਮਾਤਾ ਗੁਜਰੀ ਨੇ, ਸੋਚ ਸਕਦੇ ਸਾਡੇ ਘਰ ਦੇ ਛੋਟੇ ਛੋਟੇ ਬੱਚੇ ਕਹਿਣਗੇ ਅਸੀਂ ਨੀ ਮੁੜ ਕੇ ਆਉਣਾ ਦਾਦੀ ਜੀ, ਨਾ ਉਡੀ ਕੀ ਦਾਦੀ ਜੇ ਸਾਂਭਰ ਨਹੀਂ ਆਉਣਾ, ਨਾ ਉਡੀ ਕੀ ਦਾਦੀ ਜੇ ਚੱਲੇ ਮਾਤ ਬਿਆਨ ਨੂੰ ਤੂੰ ਕਲਗੀਆਂ ਲਾਵੇ, ਸਿਰ ਤੇ ਕੱਥਣ ਬੰਨ ਲੈ ਉਹ ਕਲਗੀਆਂ ਲਾਵੇ, ਚੱਲੇ ਮਾਤ ਬਿਆਨ ਨੂੰ ਤੂੰ ਕਲਗੀਆਂ ਲਾਵੇ, ਕਹਿੰਦੇ ਸਾਨੂੰ ਪਤਾ ਹੁਣ ਵੈਰੀ ਨੇ ਨਾ ਆਂਦਰਾਂ ਦਾ ਸਿਹਰਾ ਲਾਉਣਾ ਸਾਡੇ ਕੋਲ, ਵੈਰੀ ਨੇ ਹੈ ਆਂਦਰਾਂ ਦਾ ਸਿਹਰਾ ਲਾਉਣਾ, ਨਾ ਜੁੜੀ ਕੀ ਦਾਦੀ ਮੁੜ ਨਹੀਂ ਆਉਣਾ, ਨਾ ਜੁੜੀ ਕੀ ਦਾਦੀ ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ, ਮੌਤ ਵਧੀ ਹੈ ਇਸ ਤੋਂ ਇਹਨੇ ਪਹਿਲੋਂ ਜਾਣਾ, ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ, ਮੌਤ ਵਧੀ ਹੈ ਇਸ ਤੋਂ ਇਹਨੇ ਪਹਿਲੋਂ ਜਾਣਾ, ਕਹਿੰਦਾ ਪਹਿਲਾਂ ਮੌਤ ਨੇ ਇਹਨੂੰ ਲੈ ਜਾਣਾ, ਫਿਰ ਮੈਨੂੰ ਪਤਾ ਸੀ ਤਾਂ ਵੀ ਮਾਰਨਗੇ, ਪਰ ਦਿਲ ਜਿਗਰੇ ਦਿਲ ਪੱਥਰ ਕਰ ਰੱਖੇ ਸੀ ਅੱਗੋਂ ਪਿੱਛੋਂ, ਕਹਿੰਦਾ ਅੱਗੋਂ ਵੀ ਜੋਰਾ ਵਰਤੇ ਹੋ ਜਾਣਾ, ਪਿੱਛੋਂ ਵੀ ਮੈਂ ਹੋ ਜਾਣਾ, ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ, ਨਾ ਉਡੀ ਕੀ ਦਾਦੀ ਜੇ ਅਸਾਂ ਮੁੜ ਨਹੀਂ ਆਉਣਾ, ਨਾ ਉਡੀ ਸਾਰੇ ਇੱਕ ਵਾਰ ਗੱਜ ਕੇ ਬੋਲੋ ਜੀ, ਨਾ ਦਾਦੀ ਕਿਤੇ ਹਾਜ਼ਰੀ ਅੱਗੇ ਰਹੇ ਤਾਂ ਸੋਚੋ ਵੀ ਮੈਥੋਂ ਸੋਚ ਜੀ ਬੋਲਿਆ ਜਾਂਦਾ ਰਿਹਾ, ਇੱਕ ਵਾਰ ਹਾਜ਼ਰੀ ਲਵਾ ਦਿਓ ਤੇ ਸਾਹਿਬ ਜਾਦਾ ਦੀ ਯਾਦ ਦੇ ਵਿੱਚ ਬੜੇ ਲੰਗਰ ਸਾਹਿਬ ਨੇ ਇਹਨਾਂ ਦੀ ਬੁਲਾਉਂਦੀ, ਅੱਜ ਲੰਗਰ ਸਕਦਾ ਹੈ ਇਹਨਾਂ ਦੀ ਯਾਦ ਇੱਕ ਵਾਰ ਬੋਲ ਪਿਓ, ਨਾ ਬੋਲ ਜਾ ਮੈਨੂੰ ਪੋਤਿਆਂ ਨੂੰ ਲਾਡ ਲੜਾਉਣਾ, ਭੁੱਲ ਜਾ ਮੈਂ ਤੂੰ ਪੋਤਿਆਂ ਨੂੰ ਲਾਡ ਲੜਾਉਣਾ, ਨਾ ਉਡੀ ਕੀ ਦਾਦੀ ਤਾਂ ਮੁੜ ਨਹੀਂ ਆਉਣਾ, ਨਾ ਉਡੀ ਕੀ ਦਾਦੀ ਤਾਂ ਮੁੜ ਨਹੀਂ ਆਉਣਾ, ਦਾਦੀ ਵਾਲੋ ਫਿਰ ਕਹਿੰਦੇ ਇੱਕ ਵਾਰੀ ਲਾਸਟ ਮਾਤਾ ਜੀ, ਕੌਣ ਖੋਆ ਚੂਰੀਆਂ ਮਾਂ ਤੇਰੇ ਬਾਜੋਂ, ਕੌਣ ਖੋਆ ਚੂਰੀਆਂ ਮਾਂ ਤੇਰੇ ਬਾਜੋਂ, ਕਿੰਨੇ
ਅਜੇ ਲੋਰੀਆਂ ਸੁਣਨ ਦੀ ਉਮਰ ਦੀ ਪੈ ਰਹੀ ਹੋ, ਤਰਸ ਕਿਉਂ ਨਹੀਂ ਕੀਤਾ ਤੁਸੀਂ ਨੇ ਨਿੱਕੇ ਨਿੱਕੇ ਬੱਚਿਆਂ ਤੇ, ਤਰਸ ਕਿਉਂ ਨਹੀਂ ਕੀਤਾ? ਪਿਆਰੇ ਦੁੱਖ ਲੱਗਦਾ ਜਦੋਂ ਅਸੀਂ ਲੰਗਰ ਛੱਕ ਕੇ ਮੁੜ ਜਾਂਦੇ ਹਾਂ, ਜਨਮ ਦਿਹਾੜੇ ਤੇ ਸਾਰੇ ਇੱਦਾਂ ਖੁਸ਼ ਹੋਏ ਫਿਰਦੇ ਆ, ਪਰ ਪਿੱਛੇ ਕਿਸੇ ਨੂੰ ਯਾਦ ਲੈ ਕੇ ਹੋਣੀ ਤੇ ਸ਼ਹੀਦੀ ਦੇ ਆਲਾ ਕਰਕੇ ਨਿੱਕੇ ਨਿੱਕੇ ਬੱਚੇ ਵਾਸਤੇ ਇੱਕ ਵਾਰ ਪੜ੍ਹਦੇ ਸਾਡੇ ਬਾਅਦ ਵੀ ਕੌਣ ਖੁਆਉ ਤੁਰਿਆ ਮਾਤੇ ਬਾਗੋ, ਕਿਵੇਂ ਸੁਣਾਂਗੇ ਗੋਲੀਆਂ ਬਿਨ ਤੇਰੇ ਸਾਜੋ। ਫਿਰ ਅਸੀਂ ਦਾਦੀ ਮਾਂ ਨੂੰ ਕਹਿੰਦਾ, ਮਾਤਾ ਤੇਰੇ ਤੋਂ ਬਿਨਾਂ ਲੋਰੀਆਂ ਕਿਵੇਂ ਸੁਣਾਂਗੇ, ਸਾਡੇ ਨਾਲ ਹੀ ਆ ਜੀ ਛੇਤੀ ਛੇਤੀ ਆ ਜਾ ਨਾਨਾ ਬੇਦ ਲਗਾਉਣਾ, ਛੇਤੀ ਛੇਤੀ ਦਾਦੀ ਕੀ ਗੱਲ ਪਿਆਰੇ, ਚਾਹ ਚ ਬਿਜੀ ਹੋ ਕੇ ਆਵਾਜ਼ ਨਹੀਂ ਆ ਰਹੀ, ਇੱਕ ਵਾਰ ਬੋਲ ਪਿਓ ਨਾਇਓਦੀ ਕੀ ਦਾਦੀ ਰੇ। ਹਾਂਜੀ ਹਾਂਜੀ ਹਾਂਜੀ, ਨਾਇਓਦੀ ਕੀ ਦਾਦੀ ਰੇ ਫੁੱਲ ਜਾਮੇ ਤੋਂ ਪੋਤਿਆਂ ਨੂੰ ਲਾਡ ਲਡਾਉਣਾ, ਫੁੱਲ ਜਾਮੇ ਤੋਂ ਪੋਤਿਆਂ ਨੂੰ ਲਾਡ ਲਡਾਉਣਾ, ਨਾਇਓਦੀ ਕੀ ਦਾਦੀ ਰੇ ਆਏ ਸਾਰੇ ਬੜਾ ਰਿਵਾਜ ਤੇ ਸਤਿਕਾਰ ਤੁਸੀਂ ਸਾਰੇ ਹੀ ਦਾਸ ਨੂੰ ਦਿੰਦੇ, ਤੁਹਾਡੀਆਂ ਬੁਲਾਵਾਂ ਨੇ ਬਾਬਾ ਜੀ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਣ ਸਤਿਕਾਰ ਹੈ, ਸਾਰਿਆਂ ਦਾ ਧੰਨਵਾਦ। ਤੁਹਾਡੀ ਸੀਸਾਂ ਨੇ ਮੇਰੇ ਮਾਂ ਪਿਓ ਦੇ ਸਮਾਨ, ਬਜ਼ੁਰਗ ਮੇਰੇ ਮੁਰਖ ਬੱਚੇ ਪਿੰਡ ਦੇ ਨੌਜਵਾਨ ਜਿਹੜੇ ਸੀਸਾਂ ਦਿੰਦੇ ਨੇ ਨਾ, ਆਹ ਸੋਸ਼ਲ ਮੀਡੀਆ ਤੇ ਸਾਡੀ ਹੈਲਪ ਕਰਦੇ ਨੇ, ਇਹਨਾਂ ਦੀ ਮਦਦ ਦੇ ਨਾਲ ਹੀ ਤੇ ਤੁਰੇ ਫਿਰਦੇ ਆ, ਸਾਰਾ ਇੰਡੀਆ ਤੁਹਾਡੀ ਮਿਹਰਬਾਨੀ ਦੇ ਨਾਲ ਹੀ ਘੁੰਮ ਲਿਆ, 10-12 ਸਟੇਟਾਂ ਦੇ ਵਿੱਚ ਇੰਡੀਆ ਦੇ ਵਿੱਚ ਕੀ ਰੋਡ ਵੱਖਰੇ ਕਰਨ ਜਾ ਚੁੱਕੇ ਆ, ਅੱਗੇ ਵੀ ਜਾਵਾਂਗੇ, ਪਰ ਤੁਹਾਡੀ ਤੁਹਾਡੀ ਕਿਰਪਾ ਇਹ ਤੁਹਾਡੀ ਸਪੋਰਟ ਹੈ, ਇਸੇ ਤਰ੍ਹਾਂ ਸਾਰੇ ਸਾਹਿਬ ਦੇ ਸਤਿਕਾਰ ਬਰਕਰਾਰ ਰੱਖਿਓ ਜੀ। ਆਓ ਇੱਕ ਛੋਟੀ ਜਿਹੀ ਧਾਰਨਾ ਫੜ ਲਿਓ, ਉਸ ਤੋਂ ਬਾਅਦ ਝਾੜੀਆਂ ਦਾ ਟਾਈਮ ਲਵਾਂਗੇ। ਇੱਕ ਬੇਨਤੀ ਕਰ ਲਿਓ ਕਿ ਸਤਿਗੁਰੂ ਜੀ, ਛੋਟੀ ਜਿਹੀ ਬੇਨਤੀ ਹੈ ਸਤਿਗੁਰੂ ਅੱਗੇ, ਜਿਹਨੂੰ ਚੰਗੀ ਲੱਗੀ ਉਹ ਕਰ ਦਿਓ ਭਾਈ, ਸਾਰੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ਿਓ, ਸਾਰੇ ਪਰਿਵਾਰ ਕਦੇ ਤਾਂ ਪਾਰਾ ਨੀ, ਕਦੇ ਤਾਂ ਤੇਰਾ ਪਾਰਾ ਨੀ, ਕਦੇ ਤਾਂ ਤੇਰਾ ਪਾਰਾ ਨੀ,
ਕਦੇ ਤਾਂ ਤੇਰਾ ਪਾਜਾਮੀ ਨਹੀਂ, ਕਦੇ ਤਾਂ ਤੇਰਾ ਪਾਜਾਮੀ, ਕਿੰਨਾ ਤੇਰਾ ਪਾਜਾਮੀ, ਕਿੰਨਾ ਤੇਰਾ ਪਾਜਾਮੀ, ਉਹ ਦੁਨੀਆ ਮੋੜ ਲਵੇ ਸਾਨਾ ਤੂੰ ਮੁਖੜਾ ਨਾ ਮੋੜ, ਉਹ ਦੁਨੀਆ ਮੋੜ ਲਵੇ ਸਾਨਾ ਤੂੰ ਮੁਖੜਾ ਨਾ ਮੋੜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।